ਅੱਜ ਜੈਤੋ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਹਲਕਾ ਜੈਤੋ ਤੋਂ ਅਕਾਲੀ ਦਲ ਦੇ ਉਮੀਦਵਾਰ ਸੂਬਾ ਸਿੰਘ ਬਾਦਲ ਦੇ ਹੱਕ ਵਿੱਚ ਕੀਤੀ ਰੈਲੀ। ਜਾਣਕਾਰੀ ਅਨੁਸਾਰ ਹਲਕਾ ਜੈਤੋ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਰਦਾਰ ਸੂਬਾ ਸਿੰਘ ਬਾਦਲ ਦੇ ਹੱਕ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇੱਕ ਚੋਣ ਰੈਲੀ ਇੱਥੋਂ ਦੀ ਅਨਾਜ ਮੰਡੀ ਵਿੱਚ ਕੀਤੀ ਗਈ, ਜਿਸ ਵਿੱਚ ਉਹਨਾਂ ਕੇਜਰੀਵਾਲ ਨੂੰ ਕਾਫੀ ਜ਼ਿਆਦਾ ਰਗੜੇ ਲਾਏ। ਆਓ ਸੁਣਦੇ ਹਾਂ ਕੀ ਕਹਿਣਾ ਹੈ ਸੁਖਬੀਰ ਸਿੰਘ ਬਾਦਲ ਦਾ ਇਸ ਰੈਲੀ ਦੌਰਾਨ। ਵਾਹਿਗੁਰੂ ਜੀ ਕੀ ਫਤਿਹ। ਮੇਰਾ ਇਸ ਹਲਕੇ ਨਾਲ ਬਹੁਤ ਪੁਰਾਣਾ ਸੰਬੰਧ ਹੈ। 96 ਤੋਂ ਮੈਂ ਪਾਰਲੀਮੈਂਟ ਇਲੈਕਸ਼ਨ ਫਰੀਦਕੋਟ ਤੋਂ ਲੜਨਾ ਸ਼ੁਰੂ ਕੀਤਾ ਤੇ ਜੈਤੋ ਹਲਕਾ ਇੱਕ ਹਿੱਸਾ ਸੀ ਤੇ ਹਰ ਵਾਰ ਜੈਤੋ ਹਲਕੇ ਤੋਂ ਮੈਨੂੰ ਲੀਡ ਮਿਲਦੀ। ਤੁਸੀਂ ਜਾਣਦੇ ਹੋ ਜੈਤੋ ਹਲਕੇ ਵਾਲਿਓ, ਜੇ ਤੁਸੀਂ ਪੁਰਾਣਾ ਰਿਕਾਰਡ ਦੇਖੋ ਇੱਥੇ ਕੱਸੀਆਂ ਬਣਾਈਆਂ ਗਈਆਂ ਜਦੋਂ ਮੈਂ ਮੈਂਬਰ ਪਾਰਲੀਮੈਂਟ ਸੀ। ਪੱਕੇ ਖਾਲੇ ਕੀਤੇ ਗਏ ਅਕਾਲੀ ਸਰਕਾਰ ਨੇ, ਥੋੜੇ ਆਰਓ ਸਿਸਟਮ ਲਾਏ ਗਏ ਅਕਾਲੀ ਸਰਕਾਰ ਨੇ, ਜਿੰਨੇ ਵੀ ਬਿਜਲੀ ਦੇ ਗ੍ਰਿੱਡ ਉਦੋਂ ਹੀ ਬਣੇ ਜਦੋਂ ਅਕਾਲੀ ਸਰਕਾਰ ਸੀ। ਤੁਸੀਂ ਭਾਵੇਂ ਜੈਤੋ ਸ਼ਹਿਰ ਦੇ ਜਿੰਨਾ ਤਰੱਕੀ ਹੋਈ ਹੈ, ਜੋ ਕੁਛ ਬਣਿਆ, ਜਿਹੜੇ ਨੀਲੇ ਕਾਰਡ ਕੱਟੇ ਗਏ ਹੈ ਸਾਰੇ ਪਹਿਲੇ ਮਹੀਨੇ ਬਣਾਏ ਜਾਂਦੇ ਜਦੋਂ ਸਰਕਾਰ ਬਣ ਗਈ। ਦੂਜੀ ਗੱਲ, ਨੀਲੇ ਕਾਰਡ ਪਰਿਵਾਰ ਨੂੰ ਜਿਹੜੀ ਮੁੱਖ ਔਰਤ ਹੈ ਉਸ ਦੇ ਖਾਤੇ 'ਚ 2000 ਰੁਪਇਆ ਮਹੀਨਾ ਆਇਆ ਕਰੂਗਾ, ਆਹ ਸਾਡੀ ਤੁਹਾਡੇ ਨਾਲ ਜਮਾ ਹੈ। ਜਿਹੜੇ ਪਿੰਡਾਂ ਦੀ ਪੰਚਾਇਤੀ ਜ਼ਮੀਨ ਹੈ ਉੱਥੇ 5-5 ਮਰਲੇ ਜਿੰਨਾ ਕੋਲ ਕੋਈ ਜਗ੍ਹਾ ਨਹੀਂ ਦਿੱਤੇ ਜਾਣਗੇ, ਜਿੱਥੇ ਪੰਚਾਇਤੀ ਜ਼ਮੀਨ ਨਹੀਂ ਹੈ ਪੰਜਾਬ ਸਰਕਾਰ ਖਰੀਦ ਕੇ ਜ਼ਮੀਨ ਉੱਥੇ ਪਲਾਟ ਕੱਟ ਕੇ ਦਊਗੀ। ਮੇਰੀ ਸਰਕਾਰ ਵਿੱਚ ਘੱਟ ਤੋਂ ਘੱਟ ਇੱਕ ਜਗ੍ਹਾ ਜ਼ਰੂਰ ਹੋਣੀ ਚਾਹੀਦੀ ਹੈ। ਤੁਹਾਡੇ ਪਿੰਡ ਵਿੱਚ ਲਾਲ ਦੌਰੇ ਦੇ ਜਿਵੇਂ ਜਿਵੇਂ ਤੁਹਾਡੇ ਘਰ ਹੈ ਲਾਲ ਦੌਰੇ ਦੇ ਅੰਦਰ, ਉਵੇਂ ਉਵੇਂ ਉਹਨਾਂ ਦਾ ਨਾਂ ਤੁਹਾਡੇ ਨਾਂ ਤੇ ਕੀਤੀ ਜਾਊਗੀ ਰਜਿਸਟਰੀ, ਘੱਟ ਤੋਂ ਘੱਟ ਤੁਹਾਡੀ ਮਾਲਕੀਅਤ ਹੋਊਗੀ ਉਹ ਸਾਰਾ। ਪਿਛਲੀ ਵਾਰ ਮੈਂ ਆਪਾਂ ਭਾਈ ਕਨਈਆ ਸਕੀਮ ਲਿਆਂਦੀ ਸੀ ਜਿੱਥੇ ਆਪਾਂ 2 ਲੱਖ ਰੁਪਇਆ ਮੁਫ਼ਤ ਇਲਾਜ ਕਰਦੇ ਸੀ, ਬਹੁਤ ਕਾਮਯਾਬ ਸੀ। ਐਕਟੀ ਵਧਾ ਕੇ 10 ਲੱਖ ਰੁਪਏ ਤੱਕ ਦਾ ਇਲਾਜ, ਉਹ ਕਾਰਡ ਦਿੱਤਾ ਜਾਊਗਾ ਹਰ ਪਰਿਵਾਰ ਨੂੰ, ਭਾਈ ਕਨਈਆ ਸਕੀਮ ਦਾ ਕਾਰਡ। ਕਿਸੇ ਮਰਜ਼ੀ ਹਸਪਤਾਲ ਜਾ ਕੇ ਭਾਵੇਂ ਏਮਸ ਹੈ ਭਾਵੇਂ DMC CMC ਹੈ, ਇੱਥੇ ਤੁਹਾਨੂੰ ਬਣਾ ਕੇ ਦਿੱਤਾ ਜਾਊਗਾ। ਮੈਂ ਦੇਖਿਆ, ਮੈਂ ਇੱਕ ਦੇਖਿਆ ਕਿ ਕਈ ਜਥਰਾਂ ਦੇ ਮੈਨਾਂ ਦੇ ਗੋਡੇ ਪਾਉਣ ਵਾਲੇ ਆ। ਮੈਂ ਦੇਖਿਆ ਜੋ ਤੁਰਦੇ ਪਿੰਡ ਵਾਲੇ ਤੁਰਦੇ ਬਣਾ ਲਿਓ ਸਾਰੇ ਗੋਡੇ ਲਵਾ ਲਿਓ, 10 ਲੱਖ ਦਾ ਕਾਰਡ ਆਉਣ ਲੱਗ ਗਿਆ। ਦੂਜੀ ਗੱਲ, ਜਿਹਨਾਂ ਕੋਲੇ ਕੋਈ ਮੋਟਰ ਕਨੈਕਸ਼ਨ ਨਹੀਂ ਹੈ, ਤੁਹਾਨੂੰ ਪਤਾ ਪਿਛਲੀ ਵਾਰ ਸਾਰੇ ਮੋਟਰ ਕਨੈਕਸ਼ਨ ਮੈਂ ਹੀ ਦਿੱਤੇ ਪਿਛਲੀ ਦੇ, ਜਿਹਨਾਂ ਕੋਲੇ ਕੋਈ ਕਨੈਕਸ਼ਨ ਨਹੀਂ ਹੈ, ਪਹਿਲੇ ਮਹੀਨੇ ਅਸੀਂ ਐਪਲੀਕੇਸ਼ਨ ਮੰਗ ਕੇ ਜਿਹਨਾਂ ਕੋਲ ਕੋਈ ਨਹੀਂ ਪਹਿਲੇ ਮਹੀਨੇ ਦਿੱਤਾ ਜਾਊਗਾ। ਐਂਟੀ ਤਕਰੀਬਨ ਮੈਂ 2500 ਕਰੋੜ ਰੱਖੇ ਜਿਹਦੇ ਵਿੱਚ ਅਸੀਂ ਪਾਈਪਾਂ ਨਾਲ ਪਾਣੀ ਪਹੁੰਚਾਉਣਾ ਹੈ। ਆਹ ਪੱਕੇ ਖਾਲੇ ਨਾਲ ਵੀ ਪੂਰਾ ਕਾਮਯਾਬ ਨਹੀਂ ਹੈ, ਦੂਰ ਜਾਲਾ ਪਾਣੀ ਜਾਂਦਾ ਨਹੀਂ, ਪਾਈਪਾਂ ਸਿਸਟਮ ਤੇ ਮੈਂ ਬਹੁਤ ਜ਼ਿਆਦਾ ਜ਼ੋਰ ਦੇਣਾ ਜਿਹਦੇ ਨਾਲ ਤੁਹਾਡੇ ਖੇਤਾਂ 'ਚ ਪਾਣੀ, ਨਾਲੇ ਜਿਹੜੀਆਂ ਨਹਿਰਾਂ